ਰਿਜ਼ਲਟ ਐਨੀ ਲੇਟ ਕਿਉਂ ਆ ਰਹੇ ਹਨ ਨਾਲ ਦੀ ਨਾਲ ਫਾਈਨਲ ਸੈਮੈਸਟਰ ਦੇ ਰਿਜ਼ਲਟਸ ਕਦੋਂ ਆਣਗੇ ਇੱਕ ਰਿਜ਼ਲਟ ਦੇ ਉੱਪਰ ਆਰ ਐਲ ਆਰ ਆਰ ਐਲ ਈ ਈ ਤੇ ਆਰ ਐਲ ਡਬਲ ਇਹਨਾਂ ਦਾ ਕੀ ਮਤਲਬ ਹੈ ਇਹ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰੇ ਵਿਦਿਆਰਥੀ ਪਿਛਲੇ ਦਿਨਾਂ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਕਰ ਰਹੇ ਸੀ ਕਿ ਸਾਡੇ ਰਿਜ਼ਲਟਸ ਕਦੋਂ ਆਣਗੇ ਸੋ ਇਹ ਨੋਟਿਸ ਜਿਹੜਾ ਹੈ ਬਹੁਤ ਗੌਰ ਨਾਲ ਦੇਖਿਓ ਇਸ ਦੇ ਨਾਲ ਹੀ ਤੁਹਾਡੇ ਰਿਜ਼ਲਟਸ ਦੀ ਜਿਹੜੀ ਤਸਵੀਰ ਹੈ ਉਹ ਤੁਹਾਨੂੰ ਕਲੀਅਰ ਹੋਵੇਗੀ ਇਹ ਜਿਹੜਾ ਨੋਟਿਸ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ 3 ਤਰੀਕ ਨੂੰ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਮਈ 2022 ਦੇ ਜਿੰਨਾ ਦੇ ਪੇਪਰ ਕਾਲਜ ਦੇ ਪ੍ਰੈਕਟੀਕਲ ਦੇ ਐਗਜ਼ਾਮ 15 ਤਰੀਕ ਤੋਂ ਬਾਅਦ ਹੋਏ ਸੀ ਉਹਨਾਂ ਦੇ ਪ੍ਰੈਕਟੀਕਲ ਇੰਟਰਨਲ ਐਕਸਟਰਨਲ ਦੇ ਮਾਰਕਸ ਅਪਲੋਡ ਕਰਨ ਦੀ ਆਖਰੀ ਮਿਤੀ ਜਿਹੜੀ ਆ ਉਹ 31 ਅਗਸਤ ਕੀਤੀ ਗਈ ਹੈ ਸੋ 31 ਅਗਸਤ ਤੱਕ ਮਾਰਕਸ ਅਪਲੋਡ ਹੋਣਗੇ ਉਸ ਤੋਂ ਬਾਅਦ ਜਿਹੜਾ 2 9 ਤੱਕ ਹਾਰਡ ਕਾਪੀਆਂ ਜਿਹੜੀਆਂ ਨੇ ਉਹ ਸਬਮਿਟ ਹੋਣਗੀਆਂ ਯੂਨੀਵਰਸਿਟੀ ਦੇ ਵਿੱਚ ਸੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਜਿੰਨਾ ਜਿੰਨਾ ਕਲਾਸਿਸ ਦੇ ਪੇਪਰ 15 ਜੁਲਾਈ ਤੱਕ ਨਿਬੜੇ ਸੀ ਔਰ ਉਸ ਤੋਂ ਬਾਅਦ ਪ੍ਰੈਕਟੀਕਲਸ ਚੱਲੇ ਨੇ ਜਿਵੇਂ ਫਿਜ਼ੀਕਲ ਦੇ ਪ੍ਰੈਕਟੀਕਲ ਹੋਏ ਸੀ ਕਈ ਬੀਏ ਦੇ ਕਲਾਸਿਸ ਦੇ ਬੀਸੀਏ ਦੇ ਪ੍ਰੈਕਟੀਕਲ ਹੋਏ ਸੀਗੇ ਬੀਕਾਮ ਦੇ ਹੋਏ ਬੀ ਵੋਕੇਸ਼ਨਲ ਦੇ ਹੋਏ ਸੀ ਤਾਂ ਵੱਖ-ਵੱਖ ਕੋਰਸਿਸ ਦੇ ਪ੍ਰੈਕਟੀਕਲ ਜਿਹੜੇ ਨੇ ਬਾਅਦ ਦੇ ਵਿੱਚ ਆਫਲਾਈਨ ਮੋਡ ਦੇ ਵਿੱਚ ਵੀ ਹੋਏ ਸੀਗੇ ਐਕਸਟਰਨਲ ਲੈਵਲ ਦੇ ਉੱਪਰ ਵੀ ਹੋਏ ਸੀਗੇ ਇਹ ਸਾਰੇ ਵਿਦਿਆਰਥੀਆਂ ਦੇ ਪੇਪਰਾਂ ਦੀ ਮਾਰਕਸ ਲਿਸਟ ਜਿਹੜੀ ਆ 2 ਸਤੰਬਰ ਤੱਕ ਜਿਹੜਾ ਹੈ ਉਹ ਅਪਲੋਡ ਹੋਣਗੇ ਸੋ ਇਸ ਦਾ ਸਿੱਧਾ-ਸਿੱਧਾ ਇਹ حساب ਇਹ ਲਗਾਇਆ ਜਾ ਸਕਦਾ ਹੈ ਕਿ ਜਿੰਨੇ ਤੁਹਾਡੇ ਪੇਪਰ ਲੇਟ ਖਤਮ ਹੋਏ ਹਨ ਉਹਨਾਂ ਹੀ ਰਿਜ਼ਲਟ ਜਿਹੜਾ ਸਤੰਬਰ ਦੇ ਦੂਜੇ ਹਫਤੇ ਦੇ ਵਿੱਚ ਮੂਵ ਹੋ ਚੁੱਕਿਆ ਹੈ ਤੁਹਾਡੇ ਕੋਲ ਰਿਜ਼ਲਟਸ ਜਿਹੜੇ ਨੇ ਅਪਲੋਡ ਉਹਨਾਂ ਦੀ ਹਾਰਡ ਕਾਪੀ ਜਿਹੜੀ ਆ ਉਹ 2 ਤਰੀਕ ਤੱਕ ਯੂਨੀਵਰਸਿਟੀ ਸਬਮਿਟ ਹੋਏਗੀ ਸੋ ਹੁਣ ਗੱਲ ਕਰੀਏ ਕਿ ਰਿਜ਼ਲਟਸ ਦੀ ਤਾਂ ਤੁਹਾਨੂੰ ਰਿਜ਼ਲਟ ਦੀ ਵੈਬਸਾਈਟ ਦੇ ਉੱਪਰ ਮੂਵ ਕਰਕੇ ਨੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਰਿਜ਼ਲਟ ਪੋਰਟਲ ਮੈਂ ਓਪਨ ਕਰ ਰੱਖਿਆ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਕਿ ਰਿਜ਼ਲਟ ਪੋਰਟਲ ਦੇ ਵਿੱਚ ਅਪਡੇਟ ਕੀ ਹੈ ਸੋ ਅਪਡੇਟ ਇਹ ਹੈ ਕਿ ਐਮਏ 6 ਸਟੱਡੀ ਸੈਮੈਸਟਰ 3 ਜਿਹੜਾ ਉਸ ਦਾ ਰਿਜ਼ਲਟ ਆ ਚੁੱਕਿਆ ਹੈ ਇਸ ਦੇ ਨਾਲ ਹੀ ਐਮਏ ਫਾਈਨ ਆਰਟਸ ਸੈਮੈਸਟਰ ਤੀ बीटेक एमए रीजनल स्टडीज एमए एजुकेशन इज दे ਨਾਲ ਹੀ एमए पब्लिक एड बी वोकेशनल एमए उर्दू सेमेस्टर तीसरा प्राइवेट ਦੇ ਵਿਦਿਆਰਥੀਆਂ ਦੇ ਲਈ ਔਰ बी वोकेशनल ਦੇ ਵੱਖ-ਵੱਖ ਕੋਰਸਸ ਦਾ ਤਾਂ ਇਹ ਜਿਹੜੇ ਸਰਟੀਫਿਕੇਟ ਕੋਰਸਸ ਨੇ ਤਾਂ एमएससी ਜੀਓਲੋਜੀ ਔਰ एमएससी स्टैट्स ਪਹਿਲਾ ਤਾਂ ਇਹ ਜਿੰਨੇ ਵੀ ਰਿਜ਼ਲਟਸ ਨੇ ਸਾਰੇ ਲੇਟੈਸਟ ਅਪਡੇਟ ਹੋਏ ਹਨ ਸੋ ਹੁਣ ਅੱਪਾ ਨੇ ਨੋਟ ਕਰਨਾ ਹੈ ਕਿ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ BA ਦਾ 6 ਸੈਮੈਸਟਰ ਦਾ ਰਿਜ਼ਲਟ ਕਦੋਂ ਆਏਗਾ ਨਾਲ ਦੀ ਨਾਲ ਜਿਹੜੇ BA ਦਾ 3rd ਸੈਮੈਸਟਰ ਦਾ ਔਰ ਪੁਰਾਣਾ ਜਿਹੜਾ 1st ਸੈਮੈਸਟਰ ਦਾ ਰਿਜ਼ਲਟ ਉਹ ਕਦੋਂ ਅਪਡੇਟ ਹੋਏਗਾ ਜਿਹੜੀ ਮੇਨ ਇੰਪੋਰਟੈਂਟ ਗੱਲ ਤੁਹਾਨੂੰ ਦੱਸਣ ਵਾਲੀ ਹੈ ਕਿ ਅਗਸਤ ਦੇ ਮਹੀਨੇ ਦੇ ਵਿੱਚ ਜਿੰਨੇ ਵੀ ਪੁਰਾਣੇ ਪੇਪਰ ਹੋਏ ਸੀ ਯਾਨੀ ਕਿ ਪਹਿਲੇ ਤੀਜੇ ਪੰਜਵੇਂ ਦੇ ਉਹਨਾਂ ਦੇ ਰਿਜ਼ਲਟ ਪਹਿਲਾਂ ਆਣਗੇ ਔਰ ਜਿਹੜਾ BA ਫਾਈਨਲ ਦਾ ਰਿਜ਼ਲਟ ਹੈ ਉਹ ਮੋਸਟ ਪ੍ਰੋਬਬਲੀ ਸੈਪਟੰਬਰ ਦੇ ਪਹਿਲੇ ਹਫ਼ਤੇ ਤੱਕ ਅਪਲੋਡ ਹੋ ਕੇ ਤੁਹਾਨੂੰ ਮਿਲ ਜਾਵੇਗਾ ਸੋ ਹੁਣ ਗੱਲ ਕਰੀਏ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਰਿਜ਼ਲਟ ਵੀ ਆ ਚੁੱਕੇ ਹਨ ਕਈਆਂ ਦੇ ਰਿਜ਼ਲਟ ਸ਼ੋ ਨਹੀਂ ਹੋ ਰਹੇ ਔਰ ਕਈਆਂ ਦੇ ਰਿਜ਼ਲਟਸ ਦੇ ਵਿੱਚ ਪ੍ਰੋਪਰ ਪਾਸ ਨਹੀਂ ਲਿਖਿਆ ਉਸ ਦੇ ਨਾਲ ਕੁਝ ਐਬ੍ਰੀਵੀਏਸ਼ਨਸ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ ਮੈਂ ਤੁਹਾਨੂੰ ਉਹ ਐਬ੍ਰੀਵੀਏਸ਼ਨਸ ਵੀ ਦੱਸ ਦਿਆਂਗਾ ਜੇਕਰ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਇੱਕ ਲਿਖਿਆ ਜਾਂਦਾ ਹੈ ਪਾਸ ਤਾਂ ਪਾਸ ਦਾ ਮਤਲਬ ਕੀ ਹੈ ਕਿ ਵਿਦਿਆਰਥੀ ਜਿਹੜਾ ਬਿਲਕੁਲ ਕਲੀਅਰ ਹੈ ਉਹਦੇ ਕਿਸੇ ਵੀ ਤਰੀਕੇ ਦੇ ਕੋਈ ਵੀ ਰੁਕਾਵਟ ਨਹੀਂ ਹੈ ਰਿਜ਼ਲਟਸ ਦੇ ਵਿੱਚ ਦਾ ਆਰ ਦਾ ਮਤਲਬ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਰੀਪੇਅਰ ਆ ਗਿਆ ਵਿਦਿਆਰਥੀ ਨੂੰ ਦ ਉਸ ਤੋਂ ਬਾਅਦ ਕੀ ਹੈ ਕਿ ਇੱਕ ਲਿਖਿਆ ਜਾਂਦਾ ਹੈ ਆਰ ਪੀ ਆਰ ਐਸ ਪੀ ਆਰ ਐਸ ਦਾ ਮਤਲਬ ਕੀ ਹੈ ਪ੍ਰੀਵੀਅਸ ਰਿਜ਼ਲਟ ਜਿਹੜਾ ਉਹ ਅਜੇ ਇੰਪਰੂਵਮੈਂਟ ਵਿਦਿਆਰਥੀ ਦਾ ਪਿਆ ਹੈ ਇਸ ਕਰਕੇ ਉਹ ਕਲੀਅਰ ਨਹੀਂ ਮੰਨਿਆ ਜਾਂਦਾ। ਅੱਥੀਆਂ ਦੇ ਜਿਹੜੇ ਰਿਜ਼ਲਟਸ ਆ ਰਹੇ ਨੇ ਉਹਨਾਂ ਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਕਿ ਵਿਦਿਆਰਥੀਆਂ ਦੇ ਲਿਖਿਆ ਜਾ ਰਿਹਾ ਹੈ ਆਰ ਐਲ ਆਰ ਹੁਣ ਆਰ ਐਲ ਆਰ ਦਾ ਮਤਲਬ ਕੀ ਹੈ ਕਿ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਬ੍ਰਾਂਚ ਹੈ ਯੂਨੀਵਰਸਿਟੀ ਦੀ ਰਜਿਸਟ੍ਰੇਸ਼ਨ ਬ੍ਰਾਂਚ ਦੇ ਵਿੱਚ ਜਿਹੜੇ ਤੁਹਾਡੇ ਡਾਕੂਮੈਂਟ ਗਏ ਸੀ ਐਲੀਜੀਬਿਲਟੀ ਦੇ ਹੁਣ ਇੱਥੇ ਗੱਲਾਂ ਦੀ ਹੈ ਕਿ एलिजिਬਿਲਟੀ ਦੇ ਡਾਕੂਮੈਂਟ ਕਿਹੜੇ ਸੀ एलिजिਬਿਲਟੀ ਦੇ ਡਾਕੂਮੈਂਟ ਕਿਹੜੇ ਹੁੰਦੇ ਨੇ ਜਿਵੇਂ ਮੰਨ ਲਓ ਤੁਸੀਂ ਬੀਏ ਦੇ ਵਿੱਚ ਭਾਗ ਲੇਤਾ ਤਾਂ ਬੀਏ ਦੇ ਪਲੱਸ 2 ਬੇਸ ਦੇ ਉੱਪਰ एलिजिਬਿਲਟੀ ਸੀ ਤਾਂ ਪਲੱਸ 2 ਦੇ ਡਾਕੂਮੈਂਟਸ ਦੀ ਸੇਮ ਜੇ ਤੁਸੀਂ ਮਾਸਟਰਸ ਜਾਂਦੇ ਹੋ ਤਾਂ ਤੁਹਾਡੀ ਗ੍ਰੈਜੂਏਸ਼ਨ ਦੀ ਤਾਂ ਉਹ एलिजिਬਿਲਟੀ ਡਾਕੂਮੈਂਟ ਦੀ ਕਨਫਰਮੇਸ਼ਨ ਨਾ ਹੋਣ ਕਰਕੇ ਤੁਹਾਡਾ ਰਿਜ਼ਲਟ ਜਿਹੜਾ ਉਹ ਕਲੀਅਰ ਨਹੀਂ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਮੇਨ ਪ੍ਰੋਬਲਮ ਆ ਰਹੀ ਹੈ ਆਰਐਲ ਫੀ ਦੀ ਤਾਂ ਇਹਦਾ ਮਤਲਬ ਕੀ ਹੈ ਤੁਹਾਡੇ फीस यानी के अकाउंट सेक्शन ਦੇ ਵਿੱਚ ਤੁਹਾਡੀ ਫੀਸ ਪੈਂਡਿੰਗ ਹੈ ਕਾਲਜ ਐਂਡ ਦੇ ਉੱਪਰੋਂ ਜਾਂ ਯੂਨੀਵਰਸਿਟੀ ਵੱਲੋਂ ਤੁਹਾਡੀ ਫੀਸ ਕਲੀਅਰ ਨਹੀਂ ਕੀਤੀ ਗਈ ਸੋ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਇਹ ਮੋਸਟਲੀ ਜਿਹੜਾ ਨਹੀਂ ਆਉਂਦਾ ਰਿਜ਼ਲਟ ਏਡੀ ਇਸ ਦੇ ਵਿੱਚ ਕੀ ਹੈ ਅਵਾਰਡਸ ਜਿਹੜੇ ਨੇ ਕਿ ਉਹਨਾਂ ਦੇ ਡਿਸਪਿਊਟ ਕਰਕੇ ਜਿਵੇਂ ਰਿਜ਼ਲਟ ਨਹੀਂ ਅਪਲੋਡ ਹੋਇਆ ਸੇਮ ਰੋਲ ਨੰਬਰ ਗਲਤ ਹੋਣ ਕਰਕੇ ਉਸ ਦੇ ਉੱਪਰ ਲਿਖਿਆ ਜਾਂਦਾ ਹੈ ਜਿਹੜੀ ਸਭ ਤੋਂ ਵੱਡਾ ਲਿਖਿਆ ਜਾਂਦਾ ਹੈ ਏ ਡਬਲ ਤਾਂ ਏ ਡਬਲ ਵਿਦਿਆਰਥੀ ਜਿਹੜੇ ਨੇ ਉਹ ਬਹੁਤ ਟੈਨਸ਼ਨ ਲੈ ਜਾਂਦੇ ਹਨ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਕਿ ਏ ਡਬਲ ਦਾ ਮਤਲਬ ਕੀ ਹੈ ਕਿ ਕੁਝ ਪੇਪਰਾਂ ਦੀ ਲਿਸਟ ਜਿਹੜੀ ਮਾਰਕ ਲਿਸਟ ਹੈ ਉਹ ਅਪਲੋਡ ਨਾ ਹੋਣ ਕਰਕੇ ਜਾਂ ਯੂਨੀਵਰਸਿਟੀ ਕੋਲੋਂ ਜਿਹੜੇ ਮਾਰਕਸ ਲਿਸਟ ਆ ਪ੍ਰੋਪਰ ਸਬਮਿਟ ਨਾ ਹੋਣ ਕਰਕੇ ਜਿੰਨੇ ਵੀ ਰਿਜ਼ਲਟਸ ਨੇ ਉਹ ਅਜੇ ਪੈਂਡਿੰਗ ਪਾ ਦਿੱਤੇ ਜਾਂਦੇ ਨੇ ਤਾਂ ਵਿਦਿਆਰਥੀ ਜਿਹੜੇ ਨੇਗੇ ਉਹ ਵੇਟ ਕਰਨ AW ਦਾ ਮਤਲਬ ਕੀ ਹੈ ਜਦੋਂ ਹੀ ਲਿਸਟਾਂ ਆਨ ਗਿਆ ਤਾਂ ਮਾਰਕਸ ਜਿਹੜੇ ਨੇ ਅਪਡੇਟ ਹੋ ਕੇ ਤੁਹਾਡਾ ਰਿਜ਼ਲਟ ਜਿਹੜਾ ਰਿਫਲੈਕਟ ਹੋਣ ਲੱਗ ਜਾਵੇ। ਸੋ ਇਹ ਜਿਹੜੇ ਮੇਨ ਨੇ ਬੇਸਿਕਲੀ ਇਹ ਪੇਪਰ ਦੇ ਉੱਪਰ ਲਿਖੇ ਜਾਂਦੇ ਨੇ ਇਕਰ ਤੁਹਾਡਾ ਵੀ ਕੋਈ ਇਹ ਜ ਆਇਆ ਹੈ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਜਰੂਰ ਸਾਨੂੰ ਪੁੱਛੋ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦਾ ਐਗਜ਼ੈਕਟ ਮੀਨਿੰਗ ਜੇ ਤੁਹਾਨੂੰ ਵੀਡੀਓ ਚ ਪਹਿਲਾਂ ਹੀ ਦੱਸ ਦਿੱਤਾ ਹੈ। ਸੋ ਅੱਜ ਦੀ ਅਪਡੇਟ ਦੇ ਵਿੱਚ ਆ ਨਹੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ। ਵੀਡੀਓ ਨੂੰ ਵਤ ਵਤ ਸ਼ੇਅਰ ਜਰੂਰ ਕਰਿਆ ਕਰੋ। ਨਾਲ ਦੀ ਨਾਲ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ